ਦੱਬੋ ਇਹਨਾਂ ਕਿਹਾ ਮਰ ਗਿਆ ਹੋ ਗਿਆ ਬਈ ਤਾਂ ਹੋ ਗਿਆ ਕੋਈ ਕਿਰਪਾ ਨਹੀਂ ਅੱਜ ਸ਼ਹੀਦ ਗੁਰਪ੍ਰੀਤ ਸਿੰਘ ਨੂੰ ਦਿੱਤੀ ਜਾਵੇਗੀ ਅੰਤਿਮ ਵਿਦਾਈ। ਦੱਸ ਦੇ ਕਿ ਗੁਰਦਾਸਪੁਰ ਦੇ ਪਿੰਡ ਭੈਣੀ ਖਾਦਰ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੱਲ ਜੰਮੂ ਕਸ਼ਮੀਰ ਦੇ ਬਾਰਾਮੁੰਡਾ 'ਚ ਉਹ ਸ਼ਹੀਦ ਹੋ ਗਏ ਸੀ। ਦੱਸ ਦੇ ਕਿ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਉਹ ਪਹਾੜੀ ਤੋਂ ਹੇਠਾਂ ਡਿੱਗ ਗਏ ਸੀ, ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਵੀ ਗੁਰਪ੍ਰੀਤ ਦੀ ਸ਼ਹਾਦਤ 'ਤੇ ਦੁੱਖ ਪ੍ਰਗਟ ਕੀਤਾ ਸੀ। ਸੀਐਮ ਮਾਨ ਨੇ ਹਰ ਤਰੀਕੇ ਦੀ ਮਦਦ ਦਾ ਭਰੋਸਾ ਦਿੱਤਾ ਹੈ। ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਬਾਰਾਮੁੱਲਾ 'ਚ ਗੁਰਪ੍ਰੀਤ ਸਿੰਘ ਨਾਮ ਦਾ ਇਹ ਨੌਜਵਾਨ ਜੋ ਕਿ ਫੌਜ ਦੇ ਵਿੱਚ ਭਰਤੀ ਹੋਇਆ ਸੀ ਉੱਥੇ ਤੈਨਾਤ ਸੀ, ਅਤੇ ਉੱਥੇ ਇੱਕ ਹਾਦਸਾ ਹੋ ਜਾਂਦਾ ਹੈ ਜਿੱਥੇ ਉਹ ਪਹਾੜ ਤੋਂ ਹੇਠਾਂ ਡਿੱਗ ਜਾਂਦਾ, ਜਿਸ ਨਾਲ ਉਹਨਾਂ ਦੀ ਜਾਨ ਚਲੀ ਜਾਂਦੀ ਹੈ। ਅਤੇ ਅੱਜ ਸ਼ਹੀਦ ਗੁਰਪ੍ਰੀਤ ਸਿੰਘ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਤਾਂ ਬੜੀ ਮੰਦਭਾਗੀ ਖਬਰ ਕੱਲ ਜੰਮੂ ਕਸ਼ਮੀਰ ਤੋਂ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੈਨਾ ਸਨਮਾਨ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਹਾੜੀ ਤੋਂ ਡਿੱਗਣ ਦੇ ਕਾਰਨ ਉਹਨਾਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਵੀ ਗੁਰਪ੍ਰੀਤ ਦੀ ਸ਼ਹਾਦਤ 'ਤੇ ਦੁੱਖ ਜਤਾਇਆ ਸੀ ਅਤੇ ਹਰ ਤਰੀਕੇ ਦੀ ਮਦਦ ਦਾ ਵੀ ਭਰੋਸਾ ਦਿੱਤਾ ਸੀ। ਤਾਂ ਮੰਦਭਾਗੀ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆਈ ਸੀ ਕੱਲ, ਜਦੋਂ ਪੰਜਾਬ ਦਾ ਇੱਕ ਹੋਰ ਨੌਜਵਾਨ ਸ਼ਹੀਦ ਹੋ ਗਿਆ। ਵੱਡੀ ਘਟਨਾ ਵਾਪਰੀ ਸੀ, ਪਹਾੜੀ ਤੋਂ ਹੇਠਾਂ ਡਿੱਗ ਗਿਆ ਸੀ ਇਹ ਨੌਜਵਾਨ, ਜਿਸ ਕਾਰਨ ਇਸਦੀ ਜਾਨ ਚਲੀ ਗਈ ਸੀ। ਅਤੇ ਅੱਜ ਇਸਦਾ ਅੰਤਿਮ ਸੰਸਕਾਰ ਇਸਦੇ ਪਿੰਡ ਦੇ ਵਿੱਚ ਕੀਤਾ ਜਾਵੇਗਾ। ਸਾਨੂੰ ਤਾਂ ਫੋਨ ਹੀ ਆਇਆ, ਸਾਨੂੰ ਕੋਈ ਹੋਰ ਪਤਾ ਨਹੀਂ ਸੀਗਾ। ਬੁਲਟ ਦੇ ਵਿੱਚ? ਹਾਂਜੀ। ਕੀ ਦੱਸਿਆ ਜਾਂਦਾ ਉਹਨਾਂ ਨੂੰ? ਉਹਨੇ ਕਿਹਾ ਪਹਾੜੀ ਤੋਂ ਪੈਰ ਪਿਸਲ ਗਿਆ, ਡਿੱਗ ਪਿਆ ਥੱਲੇ, ਉਹਨਾਂ ਕਿਹਾ ਮਰ ਗਿਆ ਹੋ ਗਿਆ ਵੀ ਤਾਂ ਹੋ ਗਿਆ ਕੋਈ ਕਿਰਪਾ ਨਹੀਂ। ਕਿੰਨਾ ਚਿਰ ਹੋਇਆ ਸੀ ਭਰਤੀ ਹੋਇਆ ਨੂੰ? 6 ਕੁ ਸਾਲ, 6ਵਾਂ ਸਾਲ ਚੱਲਣ ਡਿਆ, 5 ਸਾਲ ਹੋ ਗਏ। ਅਤੇ ਕਿੰਨੀ ਉਮਰ ਕਿੰਨੀ ਸੀ? 24 ਸਾਲ ਦਾ। ਠੀਕ ਹੈ। ਵਿਆਹਿਆ ਸੀ ਅਜੇ? ਨਹੀਂ। ਤਾਂ ਕਿਸ ਤਰ੍ਹਾਂ ਹੁਣ ਪਤਾ ਲੱਗਦਾ ਕੋਈ ਰਾਬਤਾ ਹੋਇਆ ਜਿਹੜਾ ਉਹਦੀ ਯੂਨਿਟ ਦੇ ਨਾਲ? ਹਾਂਜੀ ਹਾਂਜੀ ਹੋਇਆ ਹੁਣ। ਠੀਕ ਹੈ। ਕਹਿੰਦੇ ਰਾਤ ਨੂੰ 9-10 ਵਜੇ ਨਾਲ ਮਤਲਬ ਆਏਗਾ। ਕਦ ਤੱਕ ਮ੍ਰਿਤਕ ਦੇ ਪਹੁੰਚਾਉਣ ਦੀ ਗੱਲ ਕੀ ਹੈ? ਅਸੀਂ ਤਾਂ ਮਤਲਬ ਉਹ ਰਾਤ ਕਹਿੰਦੇ ਰਾਤ 10 ਵਜੇ ਆਏਗੀ, ਅਤੇ ਫਿਰ ਕਹਿੰਦੇ ਜੇ ਤੁਸੀਂ ਕਹੋ ਸਵੇਰੇ ਮਤਲਬ ਲਿਆਵਾਂਗੇ। ਲਾਸਟ ਸਵਾਲ, ਕੀ ਮੰਗ ਕਰੋਗੇ ਸਰਕਾਰ ਤੋਂ? ਅਸੀਂ ਮੰਗ ਕੀ ਕਰੀਏ ਦੱਸੋ, ਸਾਨੂੰ ਵੀ ਪਤਾ ਨਹੀਂ। ਦੇਖੋ, ਕੋਈ ਲਫਜ਼ ਨਹੀਂ ਹੈ ਜਿਹਨਾਂ ਨਾਲ ਅਸੀਂ ਇਹ ਗੱਲ ਕਹਿ ਸਕੀਏ। ਬਹੁਤ ਇਸ ਪਰਿਵਾਰ ਨਾਲ ਅਣਹੋਣੀ ਹੋਈ ਹੈ। ਬਹੁਤ ਵਧੀਆ ਲੜਕਾ ਸੀਗਾ, ਤਕਰੀਬਨ 6 ਸਾਲ ਪਹਿਲਾਂ ਆਰਮੀ ਜੁਆਇਨ ਕੀਤੀ ਸੀਗੀ, ਉੱਥੇ ਦੇਸ਼ ਦੀ ਰਾਖੀ ਵਾਸਤੇ ਸੇਵਾ ਕਰ ਰਿਹਾ ਸੀਗਾ। ਅਚਨਚੇਤ ਕੱਲ੍ਹ ਪਰਿਵਾਰ ਨੂੰ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਫੋਨ ਕੀਤਾ ਵੀ ਗੁਰਪ੍ਰੀਤ ਸਿੰਘ ਇਸ ਤਰ੍ਹਾਂ ਪਹਾੜੀ 'ਤੇ ਚੱਲ ਰਹੇ ਸੀਗੇ, ਹੋਰ ਵੀ ਸਾਥੀ ਸੀਗੇ ਨਾਲ, ਤਾਂ ਉਹਦਾ ਪੈਰ ਫਿਸਲਣ ਕਾਰਨ ਉਹ ਡੂੰਘੀ ਖਾਈ 'ਚ ਮਤਲਬ ਗੱਲ ਕੇ ਡਿੱਗ ਗਿਆ, ਅਤੇ ਜਿਸ ਕਾਰਨ ਉਹਦੀ ਜਿਹੜੀ ਉਹ ਡੈਥ ਹੋ ਗਈ ਹੈ। ਹਾਂ, ਰਾਬਤਾ ਤਕਰੀਬਨ ਸਾਰੇ ਮੁੰਡੇ ਇਹਨਾਂ ਦੇ ਜਿਹੜੇ ਆਰਮੀ 'ਚ ਹੋਰ ਵੀ ਹੈ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਜਿਹੜੀ ਡੈਡ ਬੋਡੀ ਹੈ ਅੱਜ ਸ਼ਾਮ ਨੂੰ ਤੁਹਾਡੇ ਕੋਲ ਲੈ ਆਵਾਂਗੇ, ਪਰ ਪਰਿਵਾਰ ਨੇ
ਕਿਹਾ ਵੀ ਮਤਲਬ ਰਾਤ ਨਾ ਲਿਆਓ ਵੀ, ਕਿਉਂਕਿ ਸੰਸਕਾਰ ਜਿਹੜਾ ਉਹ ਕੱਲ੍ਹ ਹੋਣਾ ਅਤੇ ਤੁਸੀਂ ਕੱਲ੍ਹ ਜਿਹੜੀ ਹੈ ਸਵੇਰੇ ਮਤਲਬ ਗੱਲ ਕਿਹਾ ਸਾਨੂੰ ਜਿਹੜੀ ਹੈ ਡੈੱਡ ਬੋਡੀ ਜਿਹੜੀ ਉਹ ਮਾਪਿਆਂ ਨੂੰ ਦਿੱਤੀ ਜਾਵੇ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ? ਪਰਿਵਾਰ ਦੇ ਵਿੱਚ ਸਾਡੇ ਬ੍ਰਦਰ ਨੇ ਸਰਦਾਰ ਨਰਿੰਦਰ ਸਿੰਘ ਜੀ, ਇਹਨਾਂ ਦਾ ਇੱਕ ਛੋਟਾ ਬੇਟਾ ਆਪਣਾ ਹਰਪ੍ਰੀਤ ਸਿੰਘ ਜੀ, ਉਹ ਜੋ ਅਤੇ ਇਹਨਾਂ ਦੀ ਮਾਤਾ ਗੁਰਪ੍ਰੀਤ ਸਿੰਘ ਦੀ ਜਿਹੜੀ ਹੈ ਉਹ ਮਤਲਬ ਗੱਲ ਕਿਹਾ। ਬਾਕੀ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਜਿਹੜੇ ਆ ਉਹ ਦੋ ਲੜਕੇ ਇਹਨਾਂ ਦੇ ਆਰਮੀ 'ਚ ਹੋਰ ਵੀ ਜਿਹੜੇ ਆ ਮਤਲਬ ਗੱਲ ਕਿਹਾ ਔਨ ਡਿਊਟੀ ਮਤਲਬ ਸੇਵਾ ਨਿਭਾ ਰਹੇ ਆ। ਇੱਕ ਇਹਨਾਂ ਦੇ ਤਾਇਆ ਜੀ ਜਿਹੜੇ ਉਹ ਰਿਟਾਇਰਮੈਂਟ ਉਹ ਵੀ ਆਰਮੀ 'ਚੋਂ ਆਏ ਆ। ਅਤੇ ਲਾਸਟ ਸਵਾਲ, ਕੀ ਬੇਨਤੀ ਕਰੋਗੇ ਸਰਕਾਰ ਨੂੰ? ਦੇਖੋ ਮੈਂ ਸਰਕਾਰ ਕੋਲੋਂ ਬੇਨਤੀ ਇਹ ਹੀ ਕਰੂੰਗਾ, ਇਸ ਪਰਿਵਾਰ ਦੀ ਜੋ ਵੀ ਮਾਲੀ ਮਦਦ ਹੈ ਉਹ ਕੀਤੀ ਜਾਵੇ। ਅਤੇ ਇਹਨਾਂ ਦਾ ਜਿਹੜਾ ਛੋਟਾ ਲੜਕਾ, ਮੈਂ ਮਤਲਬ ਗੱਲ ਕਿਹਾ ਇਹ ਗੱਲ ਕਹੂੰਗਾ ਕਿ ਉਹਨੂੰ ਮਤਲਬ ਗੱਲ ਕਿਹਾ ਮੌਕਾ ਦਿੱਤਾ ਜਾਵੇ ਕਿ ਉਹ ਸਾਡੇ ਮਤਲਬ ਬੇਟੇ ਦੀ ਜਗ੍ਹਾ ਇਹ ਆਪਣੀ ਜਿਹੜੀ ਮਤਲਬ ਗੱਲ ਕਿ ਉੱਥੇ ਡਿਊਟੀ ਜਿਹੜੀ ਹੈ ਨਾ ਉਹ ਕਰੇ। ਇਹ ਮੇਰੀ ਰਿਕੁਐਸਟ ਹੈ ਆਰਮੀ ਨੂੰ ਵੀ ਅਤੇ ਆਪਣੀ ਪੰਜਾਬ ਸਰਕਾਰ ਨੂੰ।